ਦੁੱਧ ਨਾ ਪੀ ਸਵਰੀਨ, ਇਹਦੇ ਚ ਨੀਂਦ ਵਾਲੀ ਦਵਾਈ ਮਿਲਾਈ ਹੋਈ। ਇਹ ਦੁੱਧ ਤਾਂ ਜਠਾਣੀ ਚ ਲੈ ਕੇ ਆਏ ਨੇ ਮੇਰੇ ਲਈ। ਕੀ ਸੋਚ ਰਹੇ ਹੋ ਤੁਸੀਂ? ਨਹੀਂ ਕੁਛ ਨਹੀਂ ਸਰਾਬਰ ਜੀ, ਬਸ ਐਵੇਂ। ਮੈਨੂੰ ਪਤਾ ਤੁਸੀਂ ਉਹ ਨੀਂਦ ਦੀਆਂ ਗੋਲੀਆਂ ਬਾਰੇ ਸੋਚ ਰਹੇ ਹੋ, ਪਰ ਕੀ ਪਤਾ ਉਹ ਭੂਆ ਨੇ ਖਾਧੀ ਹੋਵੇ। ਹੁਣ ਘਰ ਚ ਕੱਲੀ ਸਵਰੀਨ ਤਾਂ ਨਹੀਂ ਰਹਿੰਦੀ ਨਾ? ਉਹ ਗੱਲ ਨਹੀਂ ਹੈ ਸਰਾਬਰ ਜੀ, ਮੈਂ ਤਾਂ ਇਹ ਸੋਚ ਰਹੀ ਹਾਂ ਕਿ ਸਵਰੀਨ ਕਿਤੇ ਸਾਰਾ ਕੁਛ ਆਪੇ ਹੀ ਨਾ ਕਰਦੀ ਹੋਵੇ, ਉਹ ਵੀ ਜਾਣ ਬੁੱਝ ਕੇ। ਪਰ ਤੁਹਾਨੂੰ ਇਹ ਕਿਉਂ ਲੱਗੀ ਜਾਂਦਾ? ਤੁਹਾਨੂੰ ਪਤਾ ਹੈ ਨਾ ਉਹਦਾ ਕਿ ਉਹਨੇ ਪਹਿਲਾਂ ਕੀ ਕੀਤਾ। ਤੁਸੀਂ ਤਾਂ ਚੰਗੀ ਤਰ੍ਹਾਂ ਜਾਣ ਕੇ ਉਹਨੂੰ। ਇਹ ਤਾਂ ਪਰ ਉਹਨੂੰ ਕੀ ਲੋੜ ਪਈ ਹੈ ਸਭ ਕਰਨ ਦੀ? ਅੱਜ ਤੱਕ ਉਹਦੀ ਕਿਸੇ ਚਾਲ ਦਾ ਪਤਾ ਲੱਗਿਆ ਕਿ ਉਹਦੇ ਦਿਮਾਗ 'ਚ ਚੱਲਦਾ ਕੀ? ਪਰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਕਿ ਹੁਣ ਸੱਚੀ ਸੁਧਰ ਗਈ। ਸਰਾਬਰ ਜੀ, ਸਿਆਣੇ ਕਹਿੰਦੇ ਨੇ ਕਿ ਚੋਰ ਚੋਰੀ ਤੋਂ ਜਾਏ, ਪਰ ਸੀਨਾ ਚੋਰੀ ਤੋਂ ਨਹੀਂ। ਪਹਿਲਾਂ ਵੀ ਤਾਂ ਉਹਨੇ ਸ਼ਰੀਫ ਬਣ ਕੇ ਪੁੱਠੇ ਕੰਮ ਕੀਤੇ ਨੇ ਨਾ, ਤਾਂ ਉਹ ਦੁਬਾਰਾ ਵੀ ਕਰ ਸਕਦੀ, ਇਹਦੇ 'ਚ ਕੀ? ਹਾਂ ਗੱਲ ਤਾਂ ਇਹ ਵੀ ਠੀਕ ਹੈ ਤੁਹਾਡੀ। ਚਲੋ ਹੁਣ ਤੁਸੀਂ ਜ਼ਿਆਦਾ ਨਾ ਸੋਚੋ, ਜੋ ਹੁਣ ਅਸੀਂ ਉਹ ਤਾਂ ਹੋ ਗਿਆ। ਇੱਕ ਮਿੰਟ ਆ ਦੱਸੋ ਮਾੜਾ ਜਿਹਾ ਕਿਵੇਂ ਲੱਗ ਰਿਹਾ?
ਵਿਚਾਰ ਚਲੋ ਜਰਾਵਰ ਜੀ ਅਸੀਂ ਜਲਦੀ ਚਲਦੇ ਹਾਂ। ਉਹ ਤਾਂ ਤੁਹਾਡੇ ਦੋਨਾਂ ਦੇ ਰੋਟੀ ਵਾਲੇ ਡੱਬੇ ਮੈਂ ਪੈਕ ਕਰਦੇ ਆ। ਰੁਕੋ ਸ਼ਿੰਦੇ, ਜਲਦੀ ਆਈ ਸ਼ਿੰਦੇ। ਹਾਂਜੀ ਭੂਆ ਜੀ, ਆ ਲੋ ਤਿਆਰ ਆ ਡੱਬਾ। ਅਸ਼ਵਨੀ ਜੀ ਇੱਕ ਮਿੰਟ, ਤੁਸੀਂ ਆ ਫੜੋ, ਮੈਂ ਆਇਆ ਹੁਣੇ। ਭੈਣ ਜੀ ਆ ਕਿਸ ਗੱਲ ਦੀ ਭੱਜ ਦੌੜ ਲਾਈ ਹੈ? ਓ ਪਾਪਾ ਜੀ, ਸਾਡੀ ਪੇਰੈਂਟਸ ਦੇ ਨਾਲ ਮੀਟਿੰਗ ਹੈ ਅੱਜ। ਅੱਛਾ, ਪੇਰੈਂਟ ਟੀਚਰ ਮੀਟਿੰਗ, PTM? ਨਹੀਂ ਪਾਪਾ ਜੀ, ਅਸੀਂ ਪੇਰੈਂਟਸ ਟੀਚਿੰਗ ਵਾਸਤੇ ਕੋਰਸ ਖੋਲਿਆ, ਉਹਦੀ ਸਕੀਮ ਦਾ ਹਾਲੇ ਸੋਚ ਰਹੇ ਹਾਂ ਅਸੀਂ, ਬਸ ਉਹਦੇ ਬਾਰੇ ਮੀਟਿੰਗ ਹੈ। ਬਹੁਤ ਵਧੀਆ ਪੁੱਤਰ ਜੀ, ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀ ਬਖਸ਼ਣ। ਅਚੂਨੀ ਜੀ ਮੂੰਹ ਖੋਲੋ। ਹਾਂ ਕੀ ਹੈ? ਭੂਆ ਕਹਿੰਦੀ ਹੁੰਦੀ ਹੈ ਨਾ ਕਿ ਕੋਈ ਵੀ ਚੰਗਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦਹੀਂ ਸ਼ੱਕਰ ਖਾ ਕੇ ਜਾਣਾ ਚਾਹੀਦਾ। ਆ ਖਾਓ ਤੁਸੀਂ। ਆਲ ਦਾ ਬੈਸਟ ਜੇਠਾਣੀ ਜੀ। ਸ਼ੁਕਰੀਆ। ਅਜੂਨੀ ਬੇਟਾ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂਜੀ ਪਾਪਾ ਜੀ। ਸਵਰੀਨ ਵੀ ਤਾਂ ਮਾਂ ਬਣਨ ਵਾਲੀ ਹੈ, ਇਹਨੂੰ ਵੀ ਆਪਣੇ ਨਾਲ ਹੀ ਲੈ ਜਾਓ। ਇਹ ਉੱਥੇ ਜਾ ਕੇ ਕੀ ਕਰੇਗੀ ਵੀਰ ਜੀ ਭਲਾ? ਨਹੀਂ ਨਹੀਂ ਪਾਪਾ ਜੀ, ਮੈਂ ਇੱਥੇ ਹੀ ਠੀਕ ਹਾਂ। ਕੋਈ ਗੱਲ ਨਹੀਂ ਪਾਪਾ ਜੀ, ਜਿਵੇਂ ਤੁਸੀਂ ਕਹੋ, ਅਸੀਂ ਇਹਨੂੰ ਵੀ ਨਾਲ ਲੈ ਚੱਲਦੇ ਹਾਂ। ਠੀਕ ਹੈ ਸਰਾਵਰ ਜੀ। ਸਵਰੀ ਤੂੰ ਵੀ ਆ ਜਾ। ਲਿਆਓ ਛੇਤੀ ਕਰੋ, ਟਾਈਮ ਵੀ ਹੋ ਗਿਆ ਸਕੂਲ ਦਾ। ਚਲੋ ਚੱਲ ਸ਼ਿੰਦੇ ਜਲਦੀ ਕਰ, ਖੇਤਾਂ ਚ ਬੰਦੇ ਲੱਗੇ ਪਏ, ਉਹਨਾਂ ਦੀ ਵੀ ਰੋਟੀ ਬਣਾਉਣੀ ਹੈ। ਆ ਜਾ ਜਲਦੀ ਕਰ। ਸਵਰੀਨ ਮੈਂ ਅੰਦਰ ਜਾ ਕੇ ਗੱਲ ਕਰਕੇ ਆਉਂਦੀ, ਤੂੰ ਇੱਥੇ ਰੁਕ। ਹਾਂਜੀ। ਮੇ ਆਈ ਕਮ ਇਨ ਸਰ? ਬੈਠੋ ਪਲੀਜ਼। ਥੈਂਕ ਯੂ ਸਰ। ਸਰ ਤੁਹਾਨੂੰ ਯਾਦ ਹੈ ਇੱਕ ਦਿਨ ਮੈਂ ਤੁਹਾਨੂੰ ਪੇਰੈਂਟਸ ਨੂੰ ਪੜ੍ਹਾਉਣ ਬਾਰੇ ਦੱਸਿਆ ਸੀ? ਅੱਛਾ ਅੱਛਾ, ਤੁਹਾਡਾ ਉਹੀ ਆਈਡੀਆ ਜਿਹੜਾ ਮੈਨੂੰ ਬਿਲਕੁਲ ਸਮਝ ਨਹੀਂ ਆਇਆ ਸੀ। ਉਸ ਆਈਡੀਆ ਨਾਲ ਸਾਡੇ ਸਕੂਲ ਦੇ ਸਟੂਡੈਂਟਸ ਦੇ ਐਜੂਕੇਸ਼ਨ ਤੇ ਵੀ ਬਹੁਤ ਪ੍ਰਭਾਵ ਪਊਗਾ। ਠੀਕ ਹੈ ਠੀਕ ਹੈ ਜੂਨੀ ਮੈਮ, ਮੈਨੂੰ ਉਹਨਾਂ ਆਪਣਾ ਆਈਡੀਆ ਦੁਬਾਰਾ ਨਾ ਸਮਝਾਉਣ ਲੱਗ ਪੈਣ, ਮੈਨੂੰ ਸਿਰਫ ਇਹ ਦੱਸੋ ਕਿ ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ। ਸਰ ਦੇਖੋ, ਅੱਜ ਪੇਰੈਂਟਸ ਮੀਟਿੰਗ ਹੈ ਤੇ ਸਭ ਪੇਰੈਂਟਸ ਵੀ ਆਏ ਹੋਏ ਨੇ, ਤਾਂ ਮੈਂ ਚਾਹੁੰਦੀ ਹਾਂ ਕਿ ਉਹਨਾਂ ਮੈਂ ਅੱਜ ਤੋਂ ਹੀ ਕਲਾਸ ਸ਼ੁਰੂ ਕਰਦਾ। ਤੇ ਤੁਸੀਂ ਅੱਜ ਹੀ ਕਲਾਸ ਲਗਾ ਦੋਗੇ ਪੇਰੈਂਟਸ ਦੀ? ਨਹੀਂ ਸਰ, ਮੇਰਾ ਮਤਲਬ ਹੈ ਕਿ ਅੱਜ ਮੈਂ ਸਿਰਫ ਗੱਲ ਕਰੂੰਗੀ ਤਾਂ ਕਿ ਸਭ ਆਪਸ ਦੇ ਵਿੱਚ ਡਿਸਕਸ ਕਰ ਸਕਣ ਤੇ ਸਭ ਤੇ ਗੱਲ ਕਰਨੀ ਪੈ ਜੇ, ਬਸ ਉਹ ਕਹਿ ਰਹੀ ਸੀ ਮੈਂ। ਦੇਖ ਲਓ ਜੂਨੀ ਮੈਮ, ਹੁਣ ਬੱਚਿਆਂ ਨੂੰ ਪੜ੍ਹਾਉਣ ਦੀ ਉਮਰ 'ਚ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਪੜ੍ਹਾਓਗੇ? ਪਰ ਸਰ ਕੋਸ਼ਿਸ਼ ਕਰਨ 'ਚ ਕੀ ਹਰਜ਼ ਹੈ? ਕੋਸ਼ਿਸ਼ ਤਾਂ ਤੁਸੀਂ ਮੈਮ ਕਰਨੀ ਕਰਨੀ, ਲੇਕਿਨ ਮੈਨੂੰ ਤੁਹਾਡੇ ਆਈਡੀਆ ਬਿਲਕੁਲ ਸਮਝ ਨਹੀਂ ਆਉਂਦੇ।
ਫਿਰ ਵੀ ਉਹਨਾਂ ਦੇ ਰਿਜ਼ਲਟ ਬਹੁਤ ਅੱਛੇ ਹੁੰਦੇ ਨੇ। ਇਸ ਕਰਕੇ ਜਿਵੇਂ ਤੁਸੀਂ ਠੀਕ ਸਮਝਦੇ ਹੋ ਕਰ ਲਓ ਪੇਰੈਂਟਸ ਨੂੰ ਇਕੱਠਾ, ਲੇਕਿਨ ਤਦ ਤੱਕ ਜਦ ਤੱਕ ਮੇਰੀ ਇੱਥੋਂ ਦੀ ਟ੍ਰਾਂਸਫਰ ਨਹੀਂ ਹੋ ਜਾਂਦੀ ਤਦ ਤੱਕ ਮੈਂ ਤੁਹਾਡੇ ਨਾਲ। ਥੈਂਕ ਯੂ ਸਰ, ਮੈਂ ਚੱਲਦੀ ਹਾਂ। ਮੰਨ ਗਏ ਸੋਢੀ ਸਰ, ਮਨਾਉਣਾ ਔਖਾ ਤਾਂ ਹੈ ਉਹਨਾਂ ਨੂੰ, ਪਰ ਉਹ ਸਮਝਦੇ ਨੇ ਗੱਲ ਨੂੰ ਤਾਂ ਜਲਦੀ ਮੰਨ ਜਾਂਦੇ ਨੇ। ਚੱਲ ਚੱਲਦੇ ਹਾਂ ਜੀ। ਮੈਂ ਤਾਂ ਇਹਦੀ ਮੰਮੀ ਨੂੰ ਕਿਹਾ ਕਿ ਇਹਨੂੰ ਬਾਹਰਲੀਆਂ ਚੀਜ਼ਾਂ ਦੇਣੀਆਂ ਬੰਦ ਕਰ, ਫਿਰ ਖਾਊਗਾ ਘਰ ਦੀ ਰੋਟੀ। ਕਿਹਨੂੰ ਕਿਹਨੂੰ ਰੋਕੀਏ, ਅਸੀਂ ਤਾਂ ਕੁਛ ਲਿਆ ਕੇ ਨਹੀਂ ਦਿੰਦੇ, ਇਹਦੇ ਦਾਦਾ ਦਾਦੀ ਲਿਆ ਕੇ ਦੇਈ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਆਹ ਵਾ ਬੀਬੀ ਪ੍ਰਧਾਨ। ਕਾਹਦੀ ਬੀਬੀ, ਤੈਨੂੰ ਪਤਾ ਨੀ ਇਹਦੀਆਂ ਕਰਤੂਤਾਂ ਦਾ? ਤੁਸੀਂ ਸਾਰੇ ਪਲੀਜ਼ ਸ਼ਾਂਤ ਹੋ ਜਾਓ, ਪਲੀਜ਼ ਇੱਕ ਮਿੰਟ ਮੇਰੀ ਗੱਲ ਸੁਣੋ। ਸਵਰੀ ਤੂੰ ਜਾ ਕੇ ਬੈਠ।